ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਇਨਸਾਨੀਅਤ ਅਤੇ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਕੱਢਣਾ ਮਾਨਸਾ ਦੇ ਪਿੰਡ ਅਕਲੀਆ ਦੀ ਹੈ ਜਿੱਥੇ ਖੇਤਾਂ ਵਿੱਚ ਕੰਮ ਕਰ ਰਹੇ 60 ਸਾਲਾ ਬਜ਼ੁਰਗ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਹਿੰਦਰਪਾਲ ਦਾ ਕਤਲ ਹੋਰ ਕੋਈ ਨਹੀਂ ਬਲਕਿ ਉਸਦਾ ਪੁੱਤ ਅਤੇ ਉਸਦਾ ਸਾਲਾ ਹੀ ਦੱਸੇ ਜਾ ਰਹੇ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਉਹ ਆ ਗਿਆ ਤਾਂ ਉਹਨੂੰ ਫੋਨ ਕਰਤਾ ਸੀਗਾ ਆਪਣੇ ਮੁੰਡੇ ਨੂੰ ਛੋਟੇ ਨੂੰ ਕਿ ਮੈਂ ਆ ਗਿਆ ਮੈਂ ਜੋਗੇ ਤੋਂ ਵੀ ਮੇਰੀ ਰੋਟੀ ਖੇਤ ਲਓ ਖੇਤ ਹੀ ਰਹਿੰਦੇ ਸੀ ਜੀ ਉਹ ਕਹਿੰਦਾ ਚੰਗਾ ਖੇਤ ਲਊਂਗਾ ਅਤੇ ਕਦਰ ਇਹਦੇ ਮਾਮੇ ਨੇ ਅਤੇ ਮੈਨੂੰ ਮਾਮੇ ਭਾਣਜੇ ਨਹੀਂ ਕਰਿਆ ਮਾਰ ਕੇ ਰੱਦੀ ਸੂਏ 'ਤੇ ਛੱਡਤਾ ਉੱਥੇ ਅਗਰ ਰੱਦੀ ਸੂਏ ਜੀ ਢਿੱਬਰਾਂ ਛੱਡ ਕੇ ਕੀ ਨਾਮ ਹੈ ਜਿਹਨਾਂ ਨੇ ਮਾਰਿਆ ਜੀ ਇੱਕ ਨਾ ਉਹਦਾ ਉਹ ਆਪਣਾ ਭੋਲਾ ਸਿੰਘ ਹੈ ਜੀ ਉਹ ਮੁੰਡੇ ਨਾਲ ਜਸਵੀਰ ਸਿੰਘ ਹੈ ਜੀ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼